सनम नू मैं भजा कढ़िया तलाक दे शादी तो पहले सारा कुछ पता ही तो मुड़ तो ना पर नहीं बनाओ दे ना तू किसी दी धीर दी जिंदगी ना खराब मैं आखियो आके तो छोड़ दे सी ओ इतने हुक्के दे पीछे तो तलाक दे सके भाई अकल नु हाथ मारे आ बस ओए मेरे अल्लाह मैं की करा अल्लाह अम्मी अम्मी की दे अम्मी की दे मैं अम्मी बैठी है क्या अम्मी नु खुशखबरी दे आ असे भाई मैं सुने इधर गेट तू शादी की थी तेरी बीवी सिगरेटा पींदी है ओ यार सिगरेट नहीं पींदी और की पींदी ओ नानी ओदी पींदी आई हुक्का अच्छा ओ नानी पाली आई ਕੋਈ ਨਾਲ ਹੁੱਕੇ ਤੇ ਲੱਗੀ ਰਾਏ ਹੁਣ ਜਿਹੜੇ ਮੇਰੀ ਸ਼ਾਦੀ ਹੋਈ ਹੈ ਮੈਨੂੰ ਤਾਂ ਪਤਾ ਕੋਈ ਨਾ ਤੇ ਉਹ ਤਾਂ ਨਾਲ ਲਈ ਵਧੀਆ ਉਹ ਛੋਟਾ ਜਿਹਾ ਹੁੱਕਾ ਜਿਹੜਾ ਸਿੰਧ ਚ ਨਹੀਂ ਢੀਂਦਾ ਉਹ ਤਾਂ ਪਹਿਲੇ ਤਾਂ ਚੋਰੀ ਜਾ ਚੜੇ ਕਰਾਚੀ ਸ਼ਾਦੀ ਕਰਨੀ ਕਰਾਚੀ ਮੋੜੋ ਕਰਾਚੀ ਹੁੱਕੇ ਪੀਵਣ ਵਾਲੀ ਲੈ ਕੇ ਆਏ ਉਹ ਯਾਰ ਮੈਨੂੰ ਕੋਈ ਨਾ ਹੀ ਪਤਾ ਨਹੀਂ ਹੋਰ ਸਮਾਨੀ ਦੇ ਤੱਲੇ ਲੱਗੇ ਹੋਇਆ ਹੋਈ ਆ ਉਹਨੂੰ ਛੇਕ ਕੇ ਰੱਖਿਆ ਉਹ ਨਹੀਂ ਨਹੀਂ ਉਹਨੂੰ ਦਬਾਇਆ ਬਾਸ਼ੋ ਆਪਾਂ ਹੁੱਕਾ ਜਿਹੜਾ ਨਾ ਇੱਕ ਅੱਗੇ ਬੰਨ ਸਟਿਆ ਅੱਛਾ ਅੱਛਾ ਤੇ ਹੁਣ ਦਬਾਇਆ ਹੁਣ ਕੋਈ ਨਹੀਂ ਪੀਂਦੀ ਅੱਛਾ ਮੈਂ ਸੁਣਿਆ ਵੀ ਸ਼ਾਦੀ ਹੋਈ ਹੈ ਇਸ ਬਾਈ ਦੀ ਹਾਂ ਸਵਾਣੀ ਦੇ ਤੱਲੇ ਲੱਗਿਆ ਹੋਇਆ ਨਹੀਂ ਤੱਲੇ ਨਹੀਂ ਯਾਰ ਹੁੱਕਾ ਪੀਂਦੀ ਹੈ ਤਾਂ ਮੁੜ ਕੋਈ ਐਸਾ ਐਪ ਤਾਂ ਕੋਈ ਨਾ ਮੈਂ ਤਾਂ ਹੁਣ ਇੰਜ ਦੱਸਿਆ ਕੋਲ ਬੰਦੇ ਜਾ ਕੇ ਉਹ ਯਾਰ ਉਹ ਪਤਾ ਨਹੀਂ ਕੀ ਗੱਲ ਹੈ ਉਹ ਹੁੱਕਾ ਤਾਂ ਪੀਂਦੀ ਆਈ ਮਗਰ ਜਿਹੜਾ ਇਹ ਨਾ ਮੈਂ ਉਹਨੂੰ ਰੋਕਿਆ ਦੋ ਵਾਰੀ ਅੱਗੇ ਕੋਈ ਨਹੀਂ ਸੁਮਾਨਿਆ ਤੇ ਅਗਲੀ ਦੀਵਾਰ ਇੰਜ ਦੱਸਿਆ ਨਾ ਉਹ ਹੁੱਕਾ ਹੀ ਬੰਨ ਸਟਿਆ ਅੱਛਾ ਸਾਰਾ ਕੁਛ ਹੁਣ ਬਿਲਕੁਲ ਫਰੈਸ਼ ਰਹਿੰਦੀ ਕੋਈ ਐਸਾ ਮਸਲਾ ਨਹੀਂ ਹੈ ਕੋਈ ਹੁੱਕਾ ਨਹੀਂ ਪੀਂਦੀ ਕੋਈ ਕੁਛ ਨਹੀਂ ਤੇ ਐਵੇਂ ਜਨਾਬ ਆਪ ਕੋਲ ਟਾਪਾ ਮਾਰੀ ਜਾਂਦਾ ਨਵਾਂ ਹੁੱਕਾ ਆ ਜਾਂਦਾ ਨਵਾਂ ਹੀ ਆ ਜਾਂਦਾ ਦੁਨੀਆ ਤੇ ਹੁੱਕੇ ਮੌਕਾ ਓ ਯਾਰ ਯਾਰ ਤੂੰ ਕਿਉਂ ਆਸੇ ਵੈਨ ਟਾਰਗੇਟ ਕੀਤੇ ਖਲਾ ਉਹ ਦੀ ਬੀਗਾ ਮੈਂ ਵੀ ਪੀਂਦੀ ਹੈ ਤਾਂ ਪੀਵਣ ਦੇ ਪਤਾ ਲੱਗ ਗਿਆ ਸੀ ਯਾਰ ਨਹੀਂ ਕਮਾਲ ਯਾਰ ਸਾਹਿਬ ਨੇ ਸਵਾਣੀ ਚੈੱਕ ਕੇ ਰੱਖੀ ਹੋਇਆ ਹੈ ਕਾਸ਼ਾ ਕੋਈ ਪੀਵਣ ਨਹੀਂ ਕਿਸ਼ਾ ਤੁਹਾਡੇ ਹੋ ਕਬੀ ਨਹੀਂ ਧਰਨ ਲੱਗਿਆ ਚੈੱਕ ਕੇ ਰੱਖਿਆ ਕਿ ਨਹੀਂ ਛੱਤ ਤੇ ਬੈਠੀਆਂ ਚੈੱਕ ਕੇ ਰੱਖਿਆ ਚੈੱਕ ਕੇ ਨਹੀਂ ਸਵਾਣੀ ਹੈ ਬੰਦਾ ਥੋੜਾ ਪ੍ਰੈਸ਼ਰ ਪਾ ਕੇ ਮੈਂ ਪ੍ਰੈਸ਼ਰ ਪਾਇਆ ਬਾਸ਼ੋ ਹੁਣ ਬੜਾ ਦਬਾਇਆ ਨਹੀਂ ਸਹੀ ਬਿਲਕੁਲ ਫਿੱਟ ਜਨਾਬ ਹੁਕਮ ਪਿੰਦੀ ਕਾ ਛੋੜ ਦਿੱਤੇ ਕਈ ਗਰੇਨੇ ਆ ਅਜਾ ਸੇ ਬੈ ਤੁਸੀਂ ਕਿਤੇ ਜਾਂਦੇ ਪਏ ਹੋ ਮੈਂ ਹੁਣ ਯਾਰ ਆਇਆ ਕੰਮ ਤੋਂ ਤੇ ਘਰ ਜਾਂਦੇ ਪਏ ਹੋ ਆਪਾਂ ਹੁਣ ਇਕੱਠੇ ਜਾਂਦੇ ਆ ਵੇਖ ਲੈਨੇ ਹੁ ਕਾ ਪਿੰਦੀ ਹੈ ਜਾਂ ਨਹੀਂ ਪਿੰਦੀ ਚਲੋ ਆਪ ਆਓ ਚਲਦੇ ਸਹੀ ਚਲੋ ਇਕੱਠੇ ਲਗੇ ਜਾਂਦੇ ਤੇ ਪਤਾ ਲੱਗ ਹੋਈ ਸੀ ਠੀਕ ਆ ਆ ਜਾ ਯਾਰ ਕੋਈ ਤੁਹਾਡਾ ਆਪਣਾ ਉਹ ਨਹੀਂ ਨਹੀਂ ਤੁਹਾਡਾ ਆਪਣਾ ਘਰ ਇਹ ਕਿਹੜੀ ਗੱਲ ਆ ਗਏ ਆਓ ਆਓ ਚਲੋ ਆਓ ਯਾਰ ਆਓ ਤੁਹਾਡਾ ਘਰ ਹੈ ਬਾਈ ਮੈਂ ਨਾ ਆਲੀਆ ਬੜੀ ਪਰੇਸ਼ਾਨ ਆ ਤੇਰੇ ਹੋਏ ਤਾਂ ਮੈਨੂੰ ਕਿਹੜਾ ਸੁੱਖ ਹੈ ਤੈਨੂੰ ਤਾਂ ਤੇਰੇ ਵਿਰਾਹ ਦਾ ਪਤਾ ਅੱਗੇ ਮੇਰੇ ਹੁੱਕਾ ਤਰੋੜ ਛੱਡਿਆ ਉਹ ਤਾਂ ਸ਼ੁਕਰ ਹੈ ਮੱਟੀ ਦਾ ਹਾਂ ਇਸੇ ਵਜ੍ਹਾ ਤੋਂ ਮੈਂ ਪੱਕਾ ਲਿਆ ਹੁਣ ਖੁਦਾ ਨਾ ਖਾਸ ਤੇਰਾ ਭਾਈ ਕਦੀ ਆ ਵੀ ਜਾਵੇ ਨਾ ਇਹ ਵੇਖ ਵੀ ਲਵੇ ਮੈਂ ਤੇਰਾ ਨਾਂ ਲੈ ਦੇ ਸਾਂ ਮੇਰਾ ਸਾਡਾ ਤੇਰਾ ਵਿਰਾਹ ਤਾਂ ਮੈਂ ਹੀ ਕਰ ਦੇ ਸਾਂ ਅੱਲਾ ਦੀ ਬੰਦੀ ਸਾਡਾ ਤੇ ਅੱਗੇ ਵੀ ਮੁਕਾਲਾ ਸੀ ਤਮਨੀਆਂ 4 ਦਿਨਾਂ ਵਾਸਤੇ ਠੀਕ ਹੈ ਅੱਛਾ ਕਰ ਤੂੰ ਜੇ ਸਲੇ ਉਹ ਵੇਖ ਲੈਣੀ ਬਈ ਤੂੰ ਆਉਂਦਾ ਪਿਆ ਕਿ ਕੋਈ ਨਾ ਜੇ ਲੈ ਉਹ ਆ ਜਾਂਦਾ ਉਸ ਲਈ ਨੜੀ ਤੇ ਉਹ ਆਪਣੇ ਮੂੰਹ ਚ ਕੱਢ ਕੇ ਸਾਡੇ ਮੂੰਹ ਜ਼ਬਰਦਸਤੀ ਤੁੰਦੇ ਨਹੀਂ ਸਮਝਿਆ ਕਰ ਤੂੰ ਕਮਲੀ ਨਾ ਬਣਿਆ ਕਰ ਤੇ ਉਹ ਸਾਨੂੰ ਤਾਂ ਕਈ ਗੱਲ ਤੂੰ ਸਿਰਫ 4 ਦਿਨਾਂ ਵਾਸਤੇ ਆਨੀ ਨਾ ਕਮ ਸੇ ਕਮ 4 ਦਿਨ ਤਾਂ ਵਰਜਾਈ ਵਿੱਚ ਸੁੱਕ ਮੇਰੇ ਆਉਣ ਦੀ ਜਾਂ ਤੇ ਯਾਸ਼ੀ ਮਿਲ ਜਾਂਦੀ ਇੱਕ ਤਾਂ ਮੈਂ ਆਮਨੀ ਹਾਂ ਤੇ ਤੈਨੂੰ ਘੁੰਮਣਾ ਫਿਰਨਾ ਮਿਲ ਜਾਂਦਾ ਦੂਆ ਤੈਨੂੰ ਹੁੱਕੇ ਦਾ ਹੈ ਕਿ ਹੁੱਕਾ ਚ ਕਿਸੇ ਟਾਈਮ ਹੀ ਬੱਖਾ ਵੈਣਾ ਤੇ ਤੈਨੂੰ ਮਾਰਨ ਦੀ ਮੈਨੂੰ ਉਹ ਰਾਤ ਹਜੇ ਨਹੀਂ ਭੁੱਲੀ ਹੋ ਜੇ ਰਾਤ ਬਾਈ ਕੰਮ ਤੂੰ ਆਇਆ ਤੋ ਹੁੱਕਾ ਬਖਾਇਆ ਹੈ ਚੁੱਪੇ ਰੋਟੂ ਦਰਵਾਜ਼ਾ ਖੜਾ ਖੜੇ ਕੀਆ ਮੈਨੂੰ ਕੀ ਪਤਾ ਪਹਿਲਾਂ ਦਰਵਾਜ਼ਾ ਆਵੇ ਸੀ ਜੇ ਲੈ ਦਰਵਾਜ਼ਾ ਖੜਕਿਆ ਤੋ ਉਸਲੇ ਤੋ ਜਲਦੀ ਜਲਦੀ ਹੁੱਕੇ ਦੇ ਉੱਤੇ ਪਾਣੀ ਚ ਸੜਿਆ ਤਾਂ ਸੁਬਾ ਠੀਕ ਸਾਰਾ ਸਟੀਆ ਨਾਸ ਹੋ ਗਿਆ ਕਿ ਮੇਰੇ ਹੁੱਕੇ ਦਾ ਬੇੜਾ ਗਰਕ ਹੋ ਗਿਆ ਹੈ ਹੋਰ ਤੇ ਭਾਈ ਮੇਰਾ ਅੰਦਾ ਹੈ ਗਰੀਬ ਦੇਰ ਨਾਲ ਅੱਛਾ ਤੂੰ ਤਾਂ ਮੈਨੂੰ ਇਤੋ ਤਾਂ ਆਖੇ ਬੇ ਉਹ ਮੂੰਹ ਹੀ ਸੁੰਗਦਾ ਹੁੰਦਾ ਆ ਕੇ ਹੁੱਕਾ ਜੇ ਉਹ ਯਾਦ ਹੀ ਰਾਤ ਜਿਸ ਰਾਤ ਚਾਟ ਖਾਦੀ ਤੇ ਗੇਟ ਉਸ ਦਾ ਚਾਟ ਪਤਾ ਕਿਉਂ ਖਾਦੀ ਉਹ ਤਾਂ ਮੈਂ ਕੁਦਰਤੀ ਪੀ ਕੇ ਆਈ ਉੱਠੀ ਮੈਨੂੰ ਉਹਨੇ ਆਖੇ ਨਾ ਪਾਣੀ ਲਿਆ ਦੇ ਮੈਂ ਕਿਹਾ ਅੱਛਾ ਲਿਆ ਦੇਣੀ ਹੈ ਕਿਦੋਂ ਆਇਆ ਹੁਣ ਇਤਨੀ ਦੇਰ ਤੋਂ ਬਾਅਦ ਉਹ ਮੇਰੀ ਜਿਹੜੀ ਮੂੰਹ ਦੀ ਹਵਾ ਕਿਦੋਂ ਨਹੀਂ ਆਇਆ ਉਹ ਰਾਤੀ ਅੰਦਾ ਡੇਢ 2 ਵਜੇ ਕੰਮ ਤੋਂ ਨਹੀਂ ਉਸ ਦਿਨ ਉਹਦੀ ਛੁੱਟੀ ਆਈ ਉਹ ਦੋਸਤਾਂ ਦੇ ਨਾਲ ਗਿਆ ਹੋਇਆ ਹਾਂ
ਤੇ ਮੈਨੂੰ ਗੁੱਸਾ ਆਈ ਵੀ ਕਿ ਡੇਰ ਹੈ ਜਿਹੜਾ ਹੁੱਕਾ ਬਖਾ ਕੇ ਤਾਂ ਇਹ ਜਾਤੀਆਂ ਮਾਰੀ ਰੱਖਣੀ ਨਾ ਉਸ ਤੋਂ ਸ਼ੱਕ ਪਾਇਆ ਜਾਂਦਾ ਉਹ ਸਿੱਖ ਦੇ ਅੰਦਰ ਇਹਨੂੰ ਐਸਾ ਕੰਮ ਇਹ ਨਾ ਵੇ ਸੁਧਿਕਾਰਾਂ ਨੂੰ ਵੀ ਕਾਨੂੰਨ ਕਈ ਵਾਰੀ ਆਖਿਆ ਕਿ ਅਗਰ ਇਹਨੇ ਮੂੰਹ ਦੇ ਵਿੱਚ ਮੈਂ ਹੁੱਕੇ ਦੀ ਨੜੀ ਵੇਖ ਲਈ ਨਾ ਤੇ ਇਹਦਾ ਮੂੰਹ ਮੈਂ ਹੁੱਕੇ ਦੇ ਵਿੱਚ ਹੀ ਤੋਂ ਦੇਣਾ ਉਸੇ ਗੱਲ ਕੀਤੀ ਹੱਸੇ ਵਾਲੇ ਗੱਲ ਇਹਦੇ ਵਿੱਚ ਮੂੰਹ ਆਣਾ ਹੀ ਕੋਈ ਨਹੀਂ ਅੱਛਾ ਚੱਲ ਤੂੰ ਯਾਰ ਤੂੰ ਮੇਰੀ ਸਾਈਡ ਕੀਤਾ ਕਰ ਆ ਪੀ ਆ ਲੀਆ ਖੁਦਾ ਨਾ ਖਾਸਾ ਆ ਵੀ ਜਾਵੇ ਨਾ ਆਖਿਆ ਕਰ ਮੈਂ ਪਿੰਦੀ ਪਈ ਮਰ ਜਾਏ ਕੁਝ ਹਾਂ ਹਾਂ ਅਸੀਂ ਤਾਂ ਪਏ ਉਹਨੂੰ ਪਤਾ ਮੇਰੀਆਂ ਬਹਿਣਾ ਕਿਤਨੀਆਂ ਨਸ਼ੈਣ ਹੈ ਤੇ ਅੰਮੀ ਬੈਠੀ ਹੁੰਦੀ ਹੈ ਗਰੀਬ ਅੰਮੀ ਦਾ ਮੁਕਾਦ ਉਵੇਂ ਤਾਂ ਤੋਏ ਅੰਮੀ ਨੂੰ ਵੀ ਨੜੀ ਕਾਈ ਨਹੀਂ ਦੇਵਣੀ ਅੰਮੀ ਤਾਂ ਹੁਣ ਗਈ ਹੋਈ ਹੈ ਨਾ ਹੁਣ ਕੀ ਕਰ ਸਕਦੀ ਆ ਹੁਣ ਤਾਂ ਚਲੋ ਤੇਰੇ ਮੂੰਹ ਲੱਗ ਉਹ ਤਾਂ ਗੱਲ ਕਰੈਂਦੀ ਪਈ ਆ ਕਿ ਅੰਮੀ ਬੈਠੀ ਹੁੰਦੀ ਹੈ ਤੇ ਤੂੰ ਅੰਦਰ ਨੜੀ ਚੱਕਰੇਨੀ ਆ ਮੈਂ ਇਧਰ ਚੱਕਰੇਨੀ ਉਹੀ ਹੋਈ ਉਹਨੂੰ ਸਾਰਾ ਪਤਾ ਹੁੰਦਾ ਭਾਵੇਂ ਉਹ ਘਰ ਤੋਂ ਬਾਹਰ ਆਂਦਾ ਉਹਨੂੰ ਪਤਾ ਹੈ ਉਹ ਸ਼ਾਦੀ ਤੋਂ ਪਹਿਲੇ ਤੈਨੂੰ ਇਹ ਗੱਲ ਕਰ ਦਿੱਤੀ ਆਈ ਕਿ ਹੁਣ ਤੂੰ ਹੁੱਕਾ ਪੀਣੀ ਆਪਣੇ ਘਰ 'ਚ ਮੈਨੂੰ ਪਤਾ ਹੈ ਪਰ ਸ਼ਾਦੀ ਤੋਂ ਬਾਅਦ ਹੁੱਕਾ ਹੀ ਨਹੀਂ ਰਹਿਣਾ ਇੱਥੇ ਤੇ ਉਹ ਤਾਂ ਅੰਮੀ ਦਾ ਬਹਾਨਾ ਚਲੋ ਅੰਮੀ ਪੀਂਦੀ ਹੈ ਤੇ ਤੂੰ ਇਹ ਨਾ ਕੀਤਾ ਕਰਨਾ ਵੀ ਉਹਦਾ ਫਾਇਦਾ ਤਾਂ ਨਾ ਚਾਹੇਗਾ ਵੀ ਤੂੰ ਨੜੀ ਮੂੰਹ 'ਚ ਲੈ ਕੇ ਤੂੰ ਛੁੜੇਂਦੀ ਨਹੀਂ ਘੰਟਾ ਘੰਟਾ ਭਾਬੀ ਐਸ ਤਾਂ ਬੋਲਾਂ ਮੈਂ ਝਟਕ ਸੁੱਟੇ ਲਾ ਲੈਣ ਤੇ ਹੁਣੇ ਆਵੇ ਸੀ ਸ਼ੈਤਾਨ ਨੂੰ ਯਾਦ ਕਰੋ ਕਿ ਸ਼ੈਤਾਨ ਹਾਜ਼ਰ ਹੋ ਗਿਆ ਹੁਣ ਮੇਰਾ ਬਿਰਾਦਰ ਤੇਰੇ ਵਾਸਤੇ ਸ਼ੈਤਾਨ ਹੋ ਗਿਆ ਸੁਭਾਨ ਅੱਲਾ ਕੀ ਹੀ ਬਾਤ ਅੱਛਾ ਨਾ ਮਜ਼ਾਕ ਕਰਦੀ ਤੈਨੂੰ ਰਾਜ਼ ਨਾ ਆਏਗਾ ਪਤਾ ਕੀ ਹੈ ਮੇਰਾ ਬੜਾ ਦਿਲ ਕਰਦਾ ਬਈ ਮੈਨੂੰ ਪੀਵਾਂ ਬੜਾ ਦਿਲ ਕਰਦਾ ਇਹ ਸੀਨਾ ਠੋਕ ਮੈਂ ਕੀ ਕਰਾਂ ਮੈਂ ਮੇਰਾ ਦਿਲ ਕਰਦਾ ਬਸ ਇਹਨੂੰ ਮੈਂ ਹਰ ਵੇਲੇ ਨੜੀ ਮੂੰਹ 'ਚ ਪਾਈ ਰੱਖਾਂ ਲੇਕਿਨ ਕੀ ਕਰਾਂ ਤੇਰੇ ਬਿਰਾਦਰ ਬੋਲਦਾ ਉਹ ਮੈਨੂੰ ਪਤਾ ਹੈ ਜਿਹੜਾ ਅੰਮੀ ਲੈ ਕੇ ਆਂਦੀ ਸੌਦਾ ਤਮਾਕੂ ਤੂੰ ਦੋ ਦਿਨ 'ਚ ਮੁਕਾ ਦੇਣੀ ਪੂਰੀ ਪੂਰੀ ਰਾਤ ਤੂੰ ਉਹ ਫੱਟੀ ਮੈਂ ਤਾਂ ਨਹੀਂ ਹੈ ਬਈ ਇਹ ਕਲਮਾਰੀ ਨੂੰ ਅੱਗ ਲਾ ਲੈ ਬਈ ਥੋੜਾ ਕੋਲਾ ਖਤਮ ਹੋਇਆ ਤੇ ਮੋੜਾ ਗਾਰਾ ਉੱਤੇ ਚ ਰੱਖਿਆ ਓਕੇ ਹਾਈ ਤੂੰ ਯਕੀਨ ਨਾ ਕਰ ਸੋ ਦੋ ਵਾਰੀ ਤੇਰਾ ਬਿਰਾ ਆ ਗਿਆ ਛੁੱਟੀ ਆਈ ਨਾ ਤੇ ਮੈਂ ਚਾਹ ਕੇ ਇਹਨੂੰ पूरी रात गोल गोल लगी हुई अच्छा मैं तंबाकू लैके दे आंदियां ने ਬੋਲਦੀ ਤਾਂ ਭੋਗੀ ਰੱਖਣ ਦਿਮਾਗ ਖਰਾਬ ਕਰੇ ਅੱਲਾ ਦੀ ਬੰਦੀ ਤੈਨੂੰ ਆਖਿਆ ਉਹਨਾਂ ਦੇ ਨਾਲ ਬਣਾ ਕੇ ਰੱਖੀ ਕਰ ਉਹ ਦਿਲ ਦੀਆਂ ਮਾੜੀਆਂ ਨਹੀਂ ਆ ਤੋ ਇਹ ਕੰਮ ਕੱਢਣਾ ਹੁੰਦਾ ਹਾਂ ਦਿਲ ਦੀਆਂ ਮਾੜੀਆਂ ਕੋਈ ਨਹੀਂ ਜਿਹੜੀ ਹਰ ਵੇਲੇ ਕੋਲਾ ਚਾਕ ਟੁੱਟੀਆਂ ਨਾ ਹੁੰਦੀਆਂ ਨੇ ਬਈ ਇਹ ਜੇ ਚੀਜ਼ ਦੇ ਉਚਾ ਇਹ ਚੀਜ਼ ਦੇ ਉਚਾ ਵੈਸੇ ਵੀ ਤੈਨੂੰ ਕਿਹੜੇ ਟੈਨਸ਼ਨ ਹੈ ਭਈ ਬਈ ਤੇ ਇਥੋਂ ਨਹੀਂ ਅਗਰ ਤੂੰ ਪੀ ਸਕਦੀ ਤਾਂ ਤੇਰੀ ਨਾਨੀ ਤੇਰੀ ਮਾਸੀਆਂ ਸਾਰੀਆਂ ਤਾਂ ਹੁੱਕਾ ਪੀਂਦੀਆਂ ਅੱਲਾ ਦੇ ਹੁਕਮ ਪੂਰਾ ਖਾਣਾ ਕਿਸੇ ਤੇਰੀ ਸੱਸ ਪੀਂਦੀ ਹੈ ਅੱਛਾ ਸੱਸ ਤਾਂ ਗਰੀਬ ਨਹੀਂ ਜੇ ਦੋ ਸੂਟੇ ਮਾਰ ਕੇ ਰੱਖੇ ਜਾਵਾਂਗਾ ਤਾਂ ਨਾ ਬਦਨਾ ਉਹ ਕੀ ਹੈ ਤੁਹਾਡੇ ਤਾਂ ਖਾਨਦਾਨ ਹੀ ਹੋਵੇ ਕਿਸੇ ਦੇ ਘਰ ਵਗ ਜੇ ਪਾਣੀ ਬਾਅਦ ਚ ਹੁੰਦਾ ਤਾਂ ਪਹਿਲੇ ਅੱਗੇ ਹੁੱਕਾ ਬਖਾ ਕੇ ਆਈ ਖਲੇ ਨਾ ਹੀ ਲੋ ਪਹਿਲਾਂ ਪੀਓ ਹੁਣ ਤੋ ਆਪਣੀ ਮਰੀ ਇੰਜ ਕਰ ਸ ਹੁਣ ਮੇਰੇ ਖਾਨਦਾਨ ਤੇ ਜਾ ਸਿੰਗੀ ਮੇਰੀ ਭੈਣ ਮੈਂ ਤਾਂ ਕਿਸੇ ਦੇ ਖਾਨਦਾਨ ਤੇ ਨਹੀਂ ਜਾਂਦੀ ਮੇਰਾ ਸਿਰ ਨਾ ਖਪੀ ਤੁਰੀ ਵੀ ਮੈਂ ਤਾਂ ਐਵੇਂ ਕੋਲ ਬਵਾਈ ਬੈਠੀ ਆ ਬਈ ਉਹ ਭਾਈ ਐਮ ਸੀ ਤੇ ਮੇਰਾ ਮੂੰਹ ਅੱਛਾ ਨਾ ਦੇਵੀ ਮੇਰੇ ਇਤਨੀ ਸਿਰ ਨੂੰ ਪੀੜ ਮੈਂ ਝਾਈ ਕੋਈ ਨਹੀਂ ਪੀਤੀ ਬੁਖਾਰ ਹੀ ਮੈਂ ਚਾਹ ਨੂੰ ਛੱਡ ਹੁੱਕਾ ਪੀ ਕੇ ਵੇਖ ਪਰ ਆ ਮੇਰੀ ਚਬੜ ਮੈਂ ਨਹੀਂ ਸਿਰ ਦੀ ਪੀੜ ਲੈ ਆਵੇ ਸੀ ਆਪੀ ਮੈਂ ਕਦੀ ਇਹਨੇ ਨਹੀਂ ਪੀਤਾ ਵੇਖ ਲਈ ਆ ਇੱਥੇ ਕੇਸ਼ਾ ਜਣੇ ਹੁੱਕਾ ਬਾਨ ਛੋੜਿਆ ਮੈਂ ਤਾਂ ਬਾਨ ਛੋੜਿਆ ਤੇ ਇਹ ਹੁਣ ਮੈਂ ਇਹ ਤਾਂ ਉੰਜ ਪੀਂਦੀ ਬੈਠੀ ਨਹੀਂ ਨਹੀਂ ਇਹ ਘਰਾਓ ਮੇਰੀ ਗੱਲ ਸੁਣੋ ਆ ਮੇਰੀ ਨਿਨਾਣ ਆਈ ਹੈ ਨਾ ਕਰਮਾ ਲਈ ਇਹ ਤੁਹਾਨੂੰ ਨਹੀਂ ਪਤਾ ਨਾ ਇਹਨੂੰ ਥੋੜੀ ਜਿਹੀ ਨਮਰਜ਼ ਹੈ ਇਹ ਮੁੜ ਕਦੀ ਕਦੀ ਹੁੱਕਾ ਛੇਕ ਲੈਂਦੀ ਹੈ ਤੇ ਤੂੰ ਮੇਰੇ ਮੂੰਹ ਲੈ ਕੀ ਵੇਖੀ ਜਾਣਾ ਬਸ ਬਾਈ ਹੁੱਕਾ ਬਰਾਮਦ ਹੋਇਆ ਤੂੰ ਕੀ ਤਾੜੀ ਜਾਣਾ ਮੇਰੇ ਮੂੰਹ ਲੈ ਨਹੀਂ ਤੇ ਮੈਂ ਦੋਸਤਾਂ ਨੂੰ ਫੂਤਾ ਮਰੇਂਦਾ ਨਾ ਵੀ ਮੇਰੀ ਸਮਾਣੀ ਹੁੱਕਾ ਛੋੜ ਦਿੱਤਾ ਅੱਛਾ ਬਾਣਾ ਵੇ ਪਰਾਵੇਂ ਮੈਂ ਬਿਰਾ ਮੇਰੇ ਪਰ ਹੋਵੇਂ ਨਾ ਵੇਖ ਭਵੇਂ ਨਾ ਤੂੰ ਮੇਰੇ ਲਈ ਕੀ ਗੁਰੀ ਜਾਣਾ ਹੈ ਅੱਜ ਤੇਰੀ ਭੈਣ ਆਈ ਹੈ ਤੇ ਮੈਂ ਤਾਂ ਗਵਾਡੀਆਂ ਦਾ ਮੰਗ ਕੇ ਲੈ ਕੇ ਆਈ ਹਾਂ ਮੇਰੇ ਕੋਲ ਇਤਨੇ ਪੈਸੇ ਕਿ ਦੂ ਆਏ ਹਾਂ ਇਹ ਗਵਾਡੀਆਂ ਦਾ ਮੈਨੂੰ ਪਤਾ ਹੈ ਗਵਾਡੀਆਂ ਦਾ ਬਿਲਕੁਲ ਬਿਲਕੁਲ ਤੂੰ ਆਪਣੀ ਸਮਾਣੀ ਦੀ ਯਕੀਨ ਹੀ ਕੋਈ ਨਹੀਂ ਇਹ ਹੁਣ ਮੇਰੀ ਭੈਣ ਤੇ ਥਪੇਂਦੀ ਬੈਠੀ ਠੀਕ ਹੈ ਨਾ ਮੈਂ ਬਾਹਰ ਫੂਤਾ ਮਾਰ ਮਾਰ ਕੇ ਆਇਆ ਕਿ ਮੇਰੀ ਸਮਾਣੀ ਛੋੜ ਦਿੱਤਾ ਵੇ ਮੈਂ ਨਹੀਂ ਪੀਂਦੀ ਅੱਲਾ ਦੇ ਬੰਦੇ ਤੈਨੂੰ ਕਹਿ ਆਖਿਆ ਵੇ ਮੈਂ ਪੀਣਾ ਹੋਵੇ ਆਉ ਛਿੱਕੀ ਜਾਂਦੀ ਅੱਲਾ ਦੀ ਬੰਦੀ ਮੈਂ ਅੱਛਾ ਸਿਗਰਟ ਤੂੰ ਕੋਈ ਨਹੀਂ ਪੀਂਦੀ ਅਦੋ ਹੁੱਕਾ ਕੋਈ ਨਹੀਂ ਪੀਂਦੀ ਤੈਨੂੰ ਮੇਰੇ ਤੇ ਯਕੀਨ ਕੋਈ ਨਹੀਂ ਮੈਂ ਜਦੋਂ ਆਖਿਆ ਵੇ ਮੈਂ ਨਹੀਂ ਪੀਂਦੀ ਬਿਲਕੁਲ ਯਕੀਨ ਹੈ ਭਾਈ ਯਕੀਨ ਜਿਹੜਾ ਪਿਆ ਹੀ ਇੱਕੂ ਹੈ ਯਕੀਨ ਤਾਂ ਮੈਂ ਉਸ ਤੇ ਕੀਤੀ ਅੱਛਾ ਇੱਕ ਮਿੰਟ ਆਏ ਤੇਰੇ ਦੋਸਤ ਆਏ ਬੈਠੇ ਨੇ ਵੇ ਬਿਰਾਵਾ ਮੇਰੀ ਗੱਲ ਸੁਣ ਲਓ ਆਏ ਤੁਹਾਡਾ ਦੋਸਤ ਲੱਗਦਾ ਤੁਹਾਡਾ ਬਿਰਾ ਲੱਗਦਾ ਬਿਲਕੁਲ ਇੰਨੇ ਗੱਲ ਹੈ ਨਾ ਕਿਸੇ ਤਰ੍ਹਾਂ ਮੈਂ ਅੱਗੇ ਤੈਨੂੰ ਮੈਂ ਨੇਤ ਆ ਖਾ ਕੇ ਥੱਕੀ ਖਲੀ ਤੇ ਇਸ ਮੇਰੀ ਹੇਕ ਨਹੀਂ ਸੁਣੀ ਅੱਜ ਮੈਂ ਤੁਹਾਡੇ ਦੋਵਾਂ ਦੇ ਮੂੰਹ ਤੇ ਆਖਨੇ ਤੇ ਨਾਲ ਇਹਦੀ ਬੈਣ ਵੀ ਸੁਣਦੀ ਗੱਤੀ ਏ ਮੈਂ ਇਹਨੂੰ ਆਖਨੀ ਆ ਵੀ ਤੂੰ ਨਸਵਾਰ ਛੱਡ ਜਾ ਇਹ ਕਿਉਂ ਨਹੀਂ ਛੱਡਦਾ ਖੋਤੇ ਦੀ ਲੇਦ ਤੂੰ ਉਹ ਖੋਤੇ ਦੀ ਲੇਦ ਰੱਖਣਾ ਛੱਡ ਦੇ ਤੇ ਮੈਂ ਹੁੱਕਾ ਛੱਡ ਦੇਸਾਂ ਆਹੋ ਇਹ ਮੈਂ ਤਾਂ ਛੋੜ ਦੇਸਾਂ ਛੋੜ ਕੀ ਪ੍ਰੂਫ ਹੈ ਵੀ ਤੂੰ ਛੋੜ ਦੇਸੇ ਮੈਂ ਤਾਂ ਇਹ ਵੀ ਖਾ ਹਲੇ ਵੀ ਖੋਤੇ ਦੀ ਲੇਦ ਮੈਨੂੰ ਲੱਗਦਾ ਬੋਰੀ ਜੇ ਵਿੱਚ ਪਾਈ ਹੋਈ ਸੀ ਹੈ ਨਾ ਨਹੀਂ ਨਹੀਂ ਆ ਵੇਖ ਤਾਂ ਸਹੀ ਮੈਂ ਕੋਈ ਨਹੀਂ ਰੱਖਿਆ ਅੰਦਰ ਮੈਂ ਕੋਈ ਨਹੀਂ ਰੱਖਿਆ ਆ ਕਿ ਤੂੰ ਆਇਆ ਨਵਾਂ ਪੂੜਾ ਨਹੀਂ ਤੇ ਇਹ ਤਾਂ ਮੈਂ ਛੋੜ ਦੇਸਾਂ ਕਦੇ ਛੋੜ ਦੇਸੇ ਕਿਹੜੀ ਸਾਡੀ ਛੋੜ ਦੇਸੇ ਕਦੇ ਛੋੜ ਦੇਸੇ ਇਹ ਵੇਖ ਲਾ ਜੇ ਤੂੰ ਮੇਰੀ ਗੱਲ ਨਾ ਮੰਨੀ
मेरी जिन दे अपनी जान इतनी प्यारी रखता हर वे तो मेरी जेब च नहीं आंदा सियाने बनो शादी की नसवार है अम्मी और भी आंदे भैन मैं भी कदम दी आंदे सारी मर्जा की दवाई जी नुकसान ही है झाड़ी है छोड़ दे अगर आज तू बात तू इन सवार नहीं छड़ सकता ना तो मेरी गल खोल के गल सुन मैं भी अपना हुक्का नहीं छड़ सकती और मेरी जिंदगी भी है तो ना मेरी जान भी है अच्छा हुक्का छड़ मैं नहीं छड़ जदो देखो ये हुक्का छड़ दो मैं हुक्के दा मैं जा के ते बाहर से मेरे दोस्तों ने तू मेरी बड़ी इज्जत कर दिमाग मेरे ख्याल से फेल है ना तू कोई इज्जत करे ना कुछ तू अगर हुक्का पीना है तेन इतना प्यारा सी अज तक कभी मतलब तेन यही दरवाजे वेखी रखी ना तू हुक्का पी तू दो ढाई घंटे पहले हुक्का पी तो पर दफा पर दो घंटे तू इंतजार तू दो घंटे पता कई बार बखा लेंदी होनी सच्ची दस ना तू कोई होंगी इज्जत करे नहीं अं नहीं घर वसते अं नहीं घर वसते अं दुड़प्पे मारन ना कोई नहीं किसी मेरी बहन चंगा बन लगता किसी असि तेरे कभी फर्क नहीं किया असि तेन बहन तू उत्ते रखनी है तो तू कोई अकल हाथ मार तू घर आए की इज्जत ना करे से घर आए दोस्त तेरे घर आए हम दोस्त आए वो अगले उन्हें जाके बाहर चार लोगों झागा करनी उन्हें जिसल लगना फलाना तू नसवार दी पी नसवार की जेदबाजी की बैठी मर दे जेद दे चाह के तेन छोड़ दे मुड़ तू कि रह जासे घंटा पहले तू हुक्का पी के कुली शुली करके ब्रश करके तू साइड ते सो बैठी कर घर स्मेल ही ना आई ओनू पता ना लगे बी तू हुक्का पीता या नहीं तू उनके सामने ही कर बी छोड़ दिता मैं बी आपे नसवार छोड़े या ना छोड़े मर्दा की कहानी है भाई मर्दा ना अगर औरतों बराबरी करन लगी तो मुड़ जाके कमावे नहीं बाहर औरतों ते बाहर बंदे च बवन भी औरतों कोई अकल नु हाथ मार जे ले आवे तो प्यार नाल गल कीती को रोटी पानी पूछिया ए नहीं पता है आवे के ना गवाड़ियां दा फोन बजदा है ना ते इत्थों तई आवाज आंदी है नाल तक आंदे है उना दा कोठा अच्छा पी तू मैनु समझा छड्या ना खाने रोटी पानी तेन ज्यादा टेंशन होंगी पर तू ख्याल किया कर के ऐसी कोई गल ना निकले या अपने हवाड़ गवाड़ बहुत शोर शराब नहीं गया मैं तो सब्जी लवन वास्ते तू उन्होंने आखी मेरे को गलती होगी मैं छोड़ दिता भावे तू पी अस तेन रुक पर मर्द के सामने ही बन के रहो बई वो आख भी हाँ आपे आखन तो मजबूर हो गई मेरी गलत मैं सारिया अजन कर सामने आख से जा मेरी को गलती हो गई हाँ ठीक है आख दे बड़ी दर्द शुक्र है कोई अकल अल्लाह ने दे दी थी कोई समझ गई।
औरत जड़ी है ना ओदा कोई तरीका सुचेना यार मैं उनु हुण इयो ही है ये ना मन्नी सानू औरतां सा है ठीक है ना असि होर पर नहीं ले सा छोड़े तो मोड़ हुक्का ना छोड़े तो असि छोड़ दी सा कमाल ही है नसवार जड़ी वादी विच ओ यार ए मर्द करदे रहंदे नसवार बीड़ी है तो चलदा रह जांदा ओ तो सही है लेकिन अगु बंदा समाणी मारा देख दियो ना ओ यार औरत ना औरत जड़ी है ना उस मनना होंदा हां ना मन्ने हुक्का छोड़ देवे तो तू सा नसवार छोड़ दियो यार अजे नहीं छुटदी पई ना बहुत तकलीफ दे दी अच्छा हां भाई ने मोड़ हुक्का नहीं छोड़ना उस हां जी हां अच्छा यार पीपू यार बहु लेट हो गई हां और शाम हो गई मैं चलना शाम हो गई हां मोड़ चलने है अल्लाह खैर करे सी मोड़े लड़ाई तो मोड़ जिंदगी मैं मोड़ दसना है बे की नवी ताजी कोई होई है मोड़ जल्दी जल्दी कूलर धो के ना ਭਰ ਲੈਣੀ ਆ ਜਦੋਂ ਆਇਆ ਅੱਜ ਮੈਂ ਮਾਜ਼ਰਤ ਕਰ ਸਾਂ ਸ਼ੁਕਰ ਹੈ ਆਪੀ ਆਲੀਆ ਨੇ ਮੈਨੂੰ ਸਬਕ ਦੇ ਦਿੱਤਾ ਤੇ ਸਮਝਾ ਛੱਡਿਆ ਮੈਂ ਵੀ ਕਮਲੀ ਦੀ ਕਮਲੀ ਆ ਹੁਣ ਕੌਣ ਆ ਗਿਆ ਆਈਏ ਬਿਸਮਿਲਲਾ ਕਰਾਂ ਅੱਜ ਤਾਂ ਮੇਰਾ ਸਿਰ ਤਾਂ ਸਹੀ ਨਹੀਂ ਕਹਿਣ ਨਾਲ ਆ ਗਿਆ ਅੱਜ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਤੂੰ ਵੀ ਖੁਸ਼ ਖੜੀ ਸ਼ੁਕਰ ਹੈ ਜ਼ਾਇਰੀ ਜੀ ਗੱਲ ਖੁਸ਼ ਤਾਂ ਹੋਣਾ ਨਹੀਂ ਤੇ ਕੱਲ ਵਾਲੀ ਲੜਾਈ ਜਿਹੜੀ ਹੈ ਉਹ ਥੋੜੀ ਹੈ ਮੈਨੂੰ ਮਾਫ ਕਰ ਦਿਓ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਹੁੱਕਾ ਛੋੜ ਦੇ ਸੀ ਹੁੱਕਾ ਕੀ ਤੂੰ ਆਖੇ ਤਾਂ ਮੈਂ ਦੁਨੀਆ ਵੀ ਛੋੜ ਦੇਵਾਂ ਬਸ ਅੱਲਾਹ ਤਾਲਾ ਨਹੀਂ ਦੁਨੀਆ ਨਹੀਂ ਛੋੜਨੀ ਮੈਂ ਤਾਂ ਤੇਰੇ ਨਾਲ ਨਿਕਾਹ ਕਰਕੇ ਆਇਆ ਦੁਨੀਆ ਛੋੜ ਦੇਵਾਂ ਤਾਂ ਮੈਂ ਕੀ ਤੇ ਮੁੜ ਤੂੰ ਮੈਂ ਰੰਡਾ ਹੋ ਜਾਵਾਂ ਅੱਛਾ ਮੇਰੀ ਗੱਲ ਸੁਣ ਮੈਂ ਸੀਰੀਅਸ ਹਾਂ ਉਸ ਦਿਨ ਨਾ ਮੇਰੇ ਕੋਲੋਂ ਮਤਲਬ ਪਰਸੋਂ ਬੜੀਆਂ ਗਲਤੀਆਂ ਹੋਈਆਂ ਨੇ ਤੇ ਮੈਂ ਬੜਾ ਤੇਰੇ ਅੱਗੇ ਬੋਲੀ ਆ ਮੈਨੂੰ ਮਾਫ ਕਰ ਦੇ ਤੇ ਮੈਂ ਹੁੱਕਾ ਵੀ ਛੱਡ ਦਿੱਤਾ ਉਹ ਵੇਖ ਉੱਥੇ ਪਿਆ ਹੋਇਆ ਮੈਂ ਅੱਜ ਬਾਅਦ ਹੁੱਕਾ ਵੀ ਨਾ ਪੀਸਾਂ ਤੇ ਜਿਵੇਂ ਤੂੰ ਆਖੇ ਮੈਂ ਕਰਸਾਂ ਲੜਾਈ ਛੜਾਈ ਨਹੀਂ ਕਦੀ ਵੀ ਨਹੀਂ ਇਹ ਹੁਣ ਪਰਸੋਂ ਵੇਖ ਲੈ ਮੇਰੇ ਨਾਲ ਕਿਹੜੀ ਹਾਲਤ ਕੀਤੀ ਹੈ ਮੇਰੇ ਦੋਸਤਾਂ ਉਹ ਵੇਖਣਾ ਤੂੰ ਬੋਲੀ ਜਾਂਦਾ ਤੇਰੇ ਮੂੰਹ 'ਚ ਝੂੰਡੀ ਦੀ ਆਂਦੀ ਪਈ ਜਾ ਲੈ ਝੂੜੀ ਛੋੜ ਦੇ ਉਹਨਾਂ ਮੇਰੀ ਖਾਤਰ ਵੇਖ ਲਓ ਆਪਣੀ ਚਲੋ ਮੈਂ ਕੋਸ਼ਿਸ਼ ਕਰਨਾ ਉਹ ਵੀ ਛੋੜ ਦੇ ਸਾ ਤੂੰ ਮੇਰੀ ਖਾਤਰ ਹੁਣ ਮੇਰੇ ਨਾਲ ਨਾਟਕ ਕਰਦਾ ਪਿਆ ਨਹੀਂ ਨਹੀਂ ਤੂੰ ਮੇਰੀ ਖਾਤਰ ਹੁੱਕਾ ਛੋੜ ਦਿੱਤਾ ਨਾ ਤੇ ਮੈਂ ਝੂੰਡੀ ਛੋੜ ਦੇ ਪੱਕਾ ਪੱਕਾ ਠੀਕ ਹੈ ਆਪਾਂ ਵੇਖੀ ਇਹ ਝੂੰਡੀ ਤੇ ਆ ਹੁੱਕੇ ਇਹ ਦੁਨਿਆਵੀ ਚੀਜ਼ਾਂ ਨੇ ਆਪਾਂ ਇਹਨਾਂ ਦੇ ਮਗਰ ਲੱਗ ਕੇ ਆਪਣਾ ਘਰ ਕਿਉਂ ਖਰਾਬ ਕਰੀਏ ਇਹ ਗੱਲ ਤਾਂ ਸਾਨੂੰ ਘਰ ਨਹੀਂ ਖਰਾਬ ਕਰਨਾ ਚਾਹੀਦਾ ਅੱਛਾ ਹੁਣ ਕੀ ਕਰਦੀ ਪਈ ਮੈਂ ਕੂਲਰ ਦੋ ਤੇ ਪਾਣੀ ਭਰ ਲਾਇਆ ਪਾਣੀ ਲਾਇਆ ਮੈਨੂੰ ਅੱਜ ਬੜੀ ਪਿਆਸ ਲੱਗੀ ਹੋਈ ਅੱਜ ਵਾਕਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੂੰ ਜਿਹੜਾ ਨਾ ਅੱਜ ਹੁੱਕਾ ਛੋੜ ਦਿੱਤਾ ਬੜੀ ਮੈਨੂੰ ਤਾਂ ਫਖਰ ਹੋਇਆ ਠੀਕ ਹੈ ਤੁਸੀਂ ਚੱਲੋ ਮੈਂ ਆਂਦੀ ਪਈ ਹਾਂ ਤਾਂ ਹੁੱਕਾ ਛੁੜਾ ਕੀ ਰਿਹਾ ਮੇਰਾ ਮੈਂ ਕੀ ਕਰਾਂ ਅੱਛਾ ਖੈਰ ਮੈਂ ਕਿਹੜਾ ਸੱਚੀ ਛੋੜ ਦਿੱਤਾ ਮੈਂ ਵੀ ਰਾਤ ਨੂੰ 2 ਵਜੇ ਆਂਦਾ 1 ਵਜੇ ਤੱਕ ਪੂਰਾ ਪੀਤਾ ਕਰਸਾਂ ਵਿੱਚ ਦਸੀ ਰੇਡੀਓ ਸੀ ਇਹਦੇ ਕੋਲ ਤਾਂ ਮੈਂ ਸਵਾਰ ਨਾ ਛੁੜਾਈ ਤੇ ਮੇਰਾ ਨਾਮ ਵੀ ਸਨਮ ਨਹੀਂ ਆਇਆ ਸਨਮੀ ਦਾ ਸਿਆਪਾ ਨਿਕਲ ਜਾਵੇ ਮੈਂ ਕੋਈ ਬੁਖਾਰ ਰੱਖਿਆ ਤਾਂ ਭਾਈ ਵੀ ਸੁੱਤਾ ਪਿਆ ਉੱਥੇ ਕੋਠੇ ਤੇ ਏਸੀ ਲਾ ਕੇ ਦੇ ਆਈਆਂ ਬੈਠਣ ਠੰਡੀਆਂ ਆਵਾਂ ਵੈਸੇ ਵੈਸੀ ਗਰਮੀ ਨਹੀਂ ਤੇਰਾ ਸਿਆਪਾ ਕੱਢਾ ਮੈਂ ਹੁੱਕਾ ਮੈਂ ਬਖਾ ਕੇ ਰੱਖਿਆ ਪੀ ਲੈ ਭਾਈ ਸੁੱਤਾ ਪਿਆ ਤਾਂ ਮੈਂ ਖਲੋ ਕੇ ਪਾਰਾ ਦੇ ਦੇ ਥੱਲੇ ਲਹਾ ਕੇ ਦੇ ਮੇਰੀ ਗੱਲ ਮੈਂ ਪਾਰਾ ਦੇ ਦੇ ਮੈਂ ਨਾ ਹਏ ਮੇਰੀ ਇਤਨੀ ਤਬੀਅਤ ਖਰਾਬ ਹੋ ਗਈ ਲੋਤੀ ਨੇ ਮੈਂ ਨਹੀਂ ਪੀਤਾ ਨਾ ਮੈਨੂੰ ਪਤਾ ਤੇਰਾ ਤੇਰਾ ਫੜਕਾ ਵੱਜੇ ਇਹਨੂੰ ਭਰ ਲਵਿਆ ਧਾਰ ਲੈਣੀ ਆ ਵਾਸ਼ਰੂਮ ਵਿੱਚ ਹੋ ਆਵਾਂ ਫਿਰ ਮੈਂ ਜਾ ਕੇ ਉੱਤੇ ਪਾਰਾ ਦੇਣੀ ਭਾਈ ਨਾਲ ਸੁੱਤਾ ਪਿਆ ਸੀ ਲਾ ਕੇ ਦਿੱਤਾ ਨਾ ਓਏ ਜਾ ਨਹੀਂ ਗੁਲਕੰਦ ਖਾਂਦੀ ਪਈ ਏ ਅੱਛਾ ਜਾ ਤੇਰਾ ਮਰਨਾ ਕੱਢੇ ਤੂੰ ਮੈਂ ਵਾਸ਼ਰੂਮ ਜਾਂਦੀ ਪਈ ਮੈਂ ਹੁਣੇ ਹੱਥ ਪਾਰਾ ਦੇ ਦੇ ਤੂੰ ਜਾ ਆਗਾ ਜਲਦੀ ਆਵੀਂ ਅੱਛਾ ਤੋ ਭਈ ਅੱਲਾ ਹੁੱਕਾ ਨਹੀਂ ਪੀਤਾ ਮੈਨੂੰ ਲੱਗਦਾ ਜਿਵੇਂ ਮੇਰਾ ਤਾਂ ਸਾਹ ਨਿਕਲੂ ਏ ਹਾਏ 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 ਚੱਸ ਆ ਗਈ ਹੁੱਕੇ ਦੀ ਯਾਲਾ ਅੱਜ ਦਾ ਮੈਂ ਨਰਾਜ਼ ਕਿ ਹੁੱਕਾ ਵੀ ਸ਼ਾਮ ਤੱਕ ਬਲਕਿ ਸ਼ਾਮ ਤਾਂ ਹੋ ਗਈ 2 ਘੰਟੇ ਰੱਖ ਕੇ मगर जरा सनम नू मैं भजा कढ़िया
खराब बस मैं तलाक दे छोड़ी छे बारी वादा किया एक बारी अगे तुसी गए हो मेरी थोड़ी हद तक होई अच्छा उस तेनु आके नसवार छोड़ मोड़ तू छोड़ी है ओ यार मर्दा दे विच ए नुक्स वदे रंदे कमाल हो गया औरतां दे विच यार मारा सिगरेट पीवंदे मारा ओ यार ए मुआशरे साडे औरतां दे विच कोई नहीं है ओदी वजह तू भाई जी सारा कुछ यार टीपू भाई गल सुन मेरी मेरी गल सुन ओ आदा ए नानू गलत ए गल कर रहे पहले इनां नु पता ही ओ घूका पींदी है हुणे गल करन वे साडे मुआशरे च औरतां नहीं पींदियां जैसे तुहाडे मुआशरे नान पींदियां तू ओ लेनी ना यार मैनू इस चीज दा कोई नहीं पता मैं गया ट्रे लाए पाके नवी पेश करे तेरे वास्ते रिश्ते नसवार कोई ना नवी छेरे मोड़ नसवार रखे तो आके नसवार छोड़ दे मां दफात यार अल्लाह खैर करे चलो ठीक है घर बैठा चंगा भला वसदा घर आई तो तलाक दे यार अल्लाह होर देसी यार ठीक है भाई चलो ठीक है मोड़ चंगा घर बाबा हुण हमनी को रोला तोड़ा मुकाइने है ते चंगा भला घर ए क्या रोला हुण केड़ा घर जा हुण बस ये जो बंदा यार बस यार हुण की करा इतना जेड़ा है ना मैं जलील हो गया मु ते इतना तंग आ गया मनो आज अखीरी होई तो मेरे को गलती है पर आज मेरे मुंह चो तलाक निकल गई मैं तलाक दे चुका अस्सलाम वालेकुम नाज़रीन मैं हूं नुमान और आप देख रहे हैं नुमान टीवी नाज़रीन जो हमने वीडियो बनाई है एक छोटी सी बात पे तलाक हुई है कि जब शादी हुई थी तो आसिफ भाई को पता था जैसे हमें स्टोरी भेजी गई है कराची की रियल स्टोरी है तो हम अब नाम नहीं लेंगे कि किसने भेजी है और किसकी ये स्टोरी है क्योंकि हमें बताना मुनासिब नहीं है और सख्ती से मना किया गया है कि नहीं मतलब कि नाम नहीं लेना तो इसलिए हम उसका नाम शो नहीं करते तो बाकी ये है कि उस भाई को पता था कि वो हुक्का पीती है तो भाई भी नसवा रखते थे चलो वो कहते हैं कि मैं अपना नशा नहीं छोड़ सकता क्योंकि ये मेरी ज़िंदगी के साथ है तो उसे ये भी सोचना चाहिए था कि जो शादी से पहले हुक्का पीती है अगर वो छोड़ेगी तो ऐसा ऐसा वो बेचारी शायद हो सकता है वो छोड़ जाती लेकिन छोटी सी बात पे ज़िद पे आकर उसने अपनी बीवी को तलाक दे दी ऐसा हरगिज़ नहीं करना चाहिए अगर आप देखते हैं आपको पता है कि कोई हुक्का पीता है या कोई भी नशा करता है तो नशा जो है इतनी जल्दी वो छोड़ नहीं सकता वो अगर छोड़े भी सही तो उसे कुछ टाइम कुछ अर्सा लगता है तो ये बहुत गलत किया है अगर ऐसी शादियाँ कर दिया तो इससे बेहतर है कि आप वहाँ पर शादी ना किया करें अगर आपने एंड में लास्ट में तलाक
देनी होती है। किसी की जिंदगी के साथ हमें खेलना नहीं चाहिए। मजीद भाई आसिफ से कहता हूँ, भाई टीपू है, मैडम सनम है, मैडम आलिया, इनसे बोलूंगा कि ये क्या कमेंट करें। अस्सलाम वालेकुम गाइस, कैसे हैं आप सब? उम्मीद करते हैं बिल्कुल ही ठीक ठाक होंगे। अल्लाह ताला आप लोगों को अपने घरों में खुश रखे, आबाद रखे। नुमान टीवी को सबसे पहले आपने यूट्यूब पर जाकर सर्च करके सब्सक्राइब कर लेना है और बेल आइकन का बटन जरूर प्रेस कर लीजिएगा ताकि हमारी आने वाली जो लेटेस्ट वीडियो है वो बर वक्त आसानी के साथ पहुँच जाए आपके पास। और इस वीडियो को बनाने का मकसद यह है कि अगर आप किसी को पसंद करते हैं तो उसकी खामियों के साथ पसंद करते हैं। ये शर्त और शराइत अगर आपने रखनी होती तो आप पहले ही रख दिया करें। शादी के बाद एक बहुत बड़ा इस छोटी सी गलती के ऊपर इतनी बड़ी सज़ा, तलाक जैसा मतलब के लफ्ज़, अल्लाह माफ़ करे, एक इंसान ले और ज़मीन और आसमान जो है दोनों हिल जाते हैं। ये बहुत बड़ा गुनाह है। किसी को अगर आप पसंद करते हैं ना तो उसकी खामियों के साथ करें, और किसी को अगर आप ना पसंद करते हैं तो उसको उसकी खामियों के साथ या उसकी खूबियों के साथ ना करते हैं, ठीक है? तो ये बिल्कुल गलत बात है, ये इस तरह का हरकत ना किया करें। तो खुदा जिन जो 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 मतलब अलग बात इतनी छोटी नहीं थी, बात कुछ भी नहीं थी, अगर उसे पहले ही मसला था तो वो ना करता, अगर शादी ना करता, अगर उसने अब कर लिए तो उसे निभाता। तो ये बिल्कुल मतलब कि हमारा सिर्फ उसको बताने का, किसी का भी मतलब कि हमारा ये वीडियो बनाने का मकसद यही था कि सिर्फ अवेयरनेस इंसान को हासिल हो, वह छोटी छोटी गलतियों पे ऐसी तलाक या तलाक की बातें ना करें, तलाकें ना दें, क्योंकि शादी एक बहुत पाकीज़ा रिश्ता है जो अल्लाह ताला को भी बहुत ज़्यादा पसंद है। तो मैं सनम को बोलूँगी, लहसन काफ़ी लंबा हो जाएगा, सनम से पूछेंगे वो क्या कहेंगे, कॉमेंट कीजिएगा। अच्छे अच्छे वीडियो बनवाना चाहते हैं कोई तो ज़रूर व्हाट्सअप पर रब्ता करके कोई वीडियो बनवाना चाहते हैं तो हमें फ़ोन करके ज़रूर बताइएगा। हम अपनी पूरी कोशिश करेंगे कि आपने जिस तरह की वीडियो भेजी है हम बनाने की पूरी कोशिश करें। बस जैसे कि नुमान भाई ने, आलिया आपी ने सब कुछ बोल दिया है, मैं सिर्फ यही कहूँगी कि कुछ मर्दों की सोच ऐसी होती है कि जो देहात में रहने वाले हमारे भाई होते हैं वो ये सोचते हैं कि जूता पहना पहना ना पहना तो कोई मसला नहीं है, इट्स ओके नो प्रॉब्लम, वो हम दोबारा से पहन लेंगे। ये आप लोगों की जो छोटी सी सोच है ये बहुत गलत सोच है। आप लोग अपनी सोच को निकाल के फेंक दें और आजकल के ये जो माशरे में चल रहा है आजकल की सोच में आए, आजकल की सोच अपनाएं। आप लोगों से रिक्वेस्ट है कि ऐसी हरकत ना किया करें, क्योंकि ये जो रिश्ता होता है ये सिर्फ मियाँ बीवी का रिश्ता नहीं होता, ये दो दिलों का, दो इंसानों का, दो घरों का ये रिश्ता होता है। और आप अगर तलाक देते हैं तो ये कहते हैं कि तलाक देना बहुत सख्त गुनाह है। आप एक तो कि आपकी वजह से किसी की बच्ची को तलाक हो जाती है, घर खराब हो जाता है, पता कितना सख्त गुनाह है। आप ये गुनाह ना लिया करें, अपने मथे ना मड़ा करें। और तो मैं भाई टीपू से कहते हैं, भाई आसिफ से कहते हैं, मैं मजीद कहूँगी आसिफ भाई और टीपू ये क्या कहते हैं। अस्सलाम वालेकुम फ्रेंड्स, मैं हूँ शहरयार टीपू। आज की जो वीडियो हमने बनाई है ये रियल वीडियो है। तो मतलब ये औरतों में कुछ होता है, कुछ औरतें जो हैं वो नस्वार भी रखती हैं, हुक्का वगैरह भी पीती हैं, और मर्द जो हैं वो तो वैसे भी अपने आप को समझते हैं कि हम आज़ाद हैं, हम जो नशा मर्जी करें, हुक्का पिएँ, नस्वार रखें, सिगरेट पिएँ। तो मतलब ये एक तरफ से गलत बात भी है। तो इस तरह से ये है कि अगर मियाँ बीवी एक दूसरे को चाहते हैं और उनमें ये अगर मतलब खामियां हैं, वो हुक्का वगैरह पी रहे हैं, तो उनको चाहिए वो छोड़ दें। अब उसने हुक्का नहीं छोड़ा, उसने नस्वार नहीं छोड़ी, तो एक मतलब हंसता बसता घर जो है वो उजड़ गया और मियाँ बीवी जो हैं उनमें मतलब इख्तलाफ पैदा हो गया और अलहदगी हो गई और तलाक हो गई। तो लिहाजा इसके लिए ये है कि बाद में फिर मियाँ कहता है कि मैं उसके बगैर रह नहीं सकता, तो वो इसके बारे में तरीका होता है हलाले का, जो कि नबी पाक सल्लल्लाहु अलैहि वसल्लम ने मना फरमाया है कि हलाले तक नौबत ना जाए। तो लिहाजा अगर आप ऐसा बाद में नहीं चाहते कि आप हलाला करें, बीवी को वापस दें, तो उससे बेहतर है कि आप अपना घर जो है वो ख़राब ना करें और इस तरह की गंदी आदतें अपने आप से निकाल दें। अच्छा चलो ठीक है जी, आप सभी से इजाज़त चाहते हैं। उम्मीद है आज का एपिसोड भरपूर अच्छा लगा होगा। नेक्स्ट एपिसोड तक के लिए हमें इजाजत दीजिएगा, नारा लगाते हैं नुमान टीवी जिंदाबाद, पाकिस्तान जिंदाबाद।